ਹਾਂਜੀ ਐਸ ਐਚ ਓ ਸਾਹਿਬ, ਜਿਹੜਾ ਰਾਤ ਗੁੰਡਾਗਰਦੀ ਦਾ ਨਾਚ ਹੋਇਆ ਆ, ਇੱਕ ਵਾਰਦਾਤ ਹੋਈ ਸੀਗੀ, ਅਤੇ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ? ਉਹਦੇ ਸੰਬੰਧੀ ਸਾਡੇ ਕੋਲ ਦੋ ਐਂਬੂਲੈਂਸ ਜਿਹੜੀਆਂ ਹੈਗੀਆਂ ਸਿਵਲ ਹਸਪਤਾਲ ਤੋਂ ਵਸੂਲ ਹੋਈਆਂ, ਬਿਆਨ ਹਾਸਲ ਕੀਤੇ ਗਏ ਆ। ਇਹ ਕਿੱਥੇ ਬੂਟਾ ਸਿੰਘ ਗੌਰਮੈਂਟ ਸਕੂਲ ਦੇ ਲਾਗੇ ਇੱਕ ਘਰ ਹੈਗਾ ਬੂਟਾ ਸਿੰਘ, ਸਨ ਆਫ ਜੀਤ ਹਰਜੀਤ ਕੁਮਾਰ ਦਾ। ਉਹ ਆਪਣੇ ਘਰ ਦੇ ਬਾਹਰ ਉਹਦੀ ਗੱਡੀ ਖੜ੍ਹੀ ਸੀ ਬਲੈਰੋ, ਕੁਝ ਬੰਦੇ ਜਿਹੜੇ ਸੀਗੇ ਮੁੰਡੇ ਸੀਗੇ, 20-25 ਬੰਦੇ ਆਏ ਆ, ਅਤੇ ਉਹਨਾਂ ਨੇ ਉਹਦੀ ਗੱਡੀ ਭੰਨ ਦਿੱਤੀ ਆ, ਅਤੇ ਦੋ ਰਾਹਗੀਰ ਜਿਹੜੇ ਸੀਗੇ, ਇੱਕ ਸੌਰਭ ਘਈ ਸੀਗੇ ਅਤੇ ਇੱਕ ਮੁੰਡਾ ਗੁਰਪ੍ਰੀਤ ਸਿੰਘ ਸੀ, ਉਹਨਾਂ ਦੇ ਸੱਟਾਂ ਮਾਰ ਦਿੱਤੀਆਂ। ਠੀਕ ਹੈ, ਕੋਈ ਕਾਰਨ ਨਹੀਂ, ਬਿਨਾਂ ਵਜਾਈ ਅਤੇ ਮੁਕੱਦਮਾ ਦਰਜ ਕਰ ਰਹੇ ਹਾਂ ਜੀ, ਉਹਨਾਂ ਦੇ ਖਿਲਾਫ਼ ਮੁਕੱਦਮਾ ਦਰਜ ਕਰ ਦਿੱਤਾ। ਠੀਕ ਹੈ, ਅਤੇ ਉਹਨਾਂ ਨੂੰ ਫੜਨ ਵਾਸਤੇ ਟੀਮਾਂ ਭੇਜੀਆਂ। ਸਰ, ਮੁਜਰਮਾਂ ਦੀ ਕੋਈ ਪਛਾਣ? ਉਹਨਾਂ ਨੂੰ ਬਾਈ ਨੇਮ ਕੁਝ ਵੱਡਿਆਂ ਦੇ ਨਾਂ ਲਿਖਾਏ ਹੈਗੇ, ਉਹਨਾਂ ਦੇ ਘਰਾਂ 'ਤੇ ਰੇਡ ਕੀਤੀ ਜਾ ਰਹੀ। ਪਹਿਲਾਂ ਵੀ ਐਸ ਐਚ ਓ ਸਾਹਿਬ ਉਹਨਾਂ 'ਤੇ ਕੋਈ ਪਰਚੇ ਹੈਗੇ, ਮੁਕੱਦਮੇ ਹੈਗੇ ਆ? ਹਾਂ, ਇੱਕ ਮੁੰਡਾ ਰਾਜਾ ਹੈਗਾ, ਉਹਦੇ ਖਿਲਾਫ਼ ਮੁਕੱਦਮੇ ਦਰਜ ਹੈਗੇ ਆ। ਇੱਕ ਸਰ, ਇਹ ਵੀ ਸੁਣਿਆ ਜਾ ਰਿਹਾ ਕਿ ਉਸ ਮੁਹੱਲੇ ਦੀ ਸ਼ਾਂਤੀ ਬਹੁਤ ਭੰਗ ਹੋਈ, ਉਸੇ ਵਿਰੁੱਧ ਵੀ ਕੋਈ ਐਕਸ਼ਨ ਲਿਆ ਜਾਏਗਾ? ਹਾਂ, ਇਹਨਾਂ ਦੇ ਖਿਲਾਫ਼ ਕਿਹੜੀ ਕਾਰਵਾਈ ਕਰਕੇ ਇਹਨਾਂ ਨੂੰ ਜੇਲ੍ਹ ਭੇਜਿਆ ਜਾਵੇ? ਜਿਵੇਂ ਲੋਕ ਦੱਸ ਰਹੇ ਆ ਕਿ ਨੰਗੀਆਂ ਕਿਰਪਾਨਾਂ ਨਾਲ ਹਮਲਾ ਕੀਤਾ ਗਿਆ, ਇਸ ਤਰ੍ਹਾਂ ਦੇ ਵੀ ਕੋਈ ਸੂਚਨਾ ਸੁਣਨ ਨੂੰ ਮਿਲੀ ਆ? ਦੇਖੋ, ਮੈਂ ਵੀਡੀਓ ਨੂੰ ਖੰਗਾ, ਵੀਡੀਓ ਜਿਹੜੀ ਆ ਸੀ ਸੀ ਟੀ ਵੀ ਦੀ ਆ, ਲੈ ਕੇ ਉਹਨੂੰ ਖੰਗਾ ਰਿਹਾ ਹੈਗਾ, ਦੇਖਦੇ ਨੇ ਕਿ ਉਸ ਸਾਰੀ ਸਾਹਮਣੇ ਆ ਜਾਊਗੀ ਸਾਰੀ। ਠੀਕ ਹੈ ਸਰ, ਕੀ ਤੁਸੀਂ ਅਪੀਲ ਕਰਨਾ ਚਾਹੁੰਦੇ, ਕਿਉਂਕਿ ਲੋਕ ਕੱਲ੍ਹ ਦੀ ਇਸ ਘਟਨਾ ਤੋਂ ਬਾਅਦ ਕਾਫ਼ੀ ਕਹਿ ਲਈਏ ਕਿ ਸਹਿਮੇ ਹੋਏ, ਸਹਿਮੇ ਜੇ ਮਾਹੌਲ ਪਾਇਆ ਜਾ ਰਿਹਾ? ਮੈਂ ਸ਼ਹਿਰ ਪਲਾਤ ਦੇ ਸਾਰੇ ਵਾਸੀਆਂ ਨੂੰ ਅਪੀਲ ਕਰਦਾ ਹਾਂ, ਉਹਨਾਂ ਨੂੰ ਬਿਲਕੁਲ ਆਪਣੇ ਜਿਹੜੇ ਤਿਉਹਾਰਾਂ ਦੇ ਸੀਜ਼ਨ ਚੱਲ ਰਿਹਾ ਹੈਗਾ, ਆਪਣਾ ਖੁਸ਼ੀ ਖੁਦ ਆਪਣੇ ਉਹ ਕਰਨਾ। ਅਸੀਂ ਉਹਨਾਂ ਦੀ ਹਰ ਤਰ੍ਹਾਂ ਦੀ ਮਾਲ ਹਾਜ਼ਰੀ ਰਾਖੀ ਕਰਨ ਲਈ ਵਚਨਬੱਧ ਹਾਂ, ਅਸੀਂ ਉਹਨਾਂ ਦੀ ਗੱਲ ਕਰ ਰਹੇ ਹਾਂ। ਐਸ ਐਚ ਓ ਸਾਹਿਬ, ਇੱਕ ਗੱਲ ਹੋਰ ਧਿਆਨ 'ਚ ਆਈ ਆ, ਇੱਕ ਬਿਨਾਂ ਨੰਬਰ ਤੋਂ ਮੋਟਰਸਾਈਕਲ, ਕੁਛ ਚੋਰੀ ਦੇ ਮੋਟਰਸਾਈਕਲ ਜਾਂ ਆਪਾਂ ਕਹਿ ਸਕਦੇ ਹਾਂ, ਜਾਂ ਗੱਡੀਆਂ ਵੀ ਬਿਨਾਂ ਨੰਬਰ ਤੋਂ ਕੁਛ ਚੱਲ ਰਹੀਆਂ ਆਪਣੇ ਪਲਾਥ ਇਲਾਕੇ ਵਿੱਚ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ? ਮੈਂ ਉਹਨਾਂ ਬਾਰੇ ਨਾਕੇ ਦੇ ਉੱਤੇ ਆਪ ਨਾਲ ਉਹਨਾਂ ਦੇ ਨਾਲ ਕੇ ਚੈਕਿੰਗ ਕਰ ਰਿਹਾ ਹਾਂ, ਨਾਲ ਅਸੀਂ ਆਪਣੇ ਨਾਲ ਹੀ ਵਹੀਕਲ ਜਿਹੜੇ ਹੈਗੇ, ਸਾਡੇ ਕੋਲ ਐਪ ਹੈਗੀਆਂ ਸਰਕਾਰੀ ਤੌਰ 'ਤੇ, ਉਹ ਐਪਾਂ ਨੂੰ ਨਾਲ ਲਾ ਕੇ ਚੈੱਕ ਕਰ ਰਹੇ ਹਾਂ ਵੀ ਜਿਹੜਾ ਵੀ ਕੋਈ ਜਾਅਲੀ ਨੰਬਰ ਜਾਂ ਕੋਈ ਫੇਕ ਜਿਹੜਾ ਨੰਬਰ ਲੱਗਾ ਹੋਇਆ ਉਹਦੇ ਖਿਲਾਫ਼ ਕਾਰਵਾਈ ਕਰ ਰਹੇ ਹਾਂ। ਠੀਕ ਹੈ ਸਰ, ਥੈਂਕ ਯੂ।